स्वागत है दोस्तों ਤੁਹਾਡਾ एक होर नवे ਵਲੌਗ ਚ ਤੇ ਜਿਹੜਾ ਮੇਰਾ ਵੀ ਚੈਨਲ ਤੇ ਨਵਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਦੋਸਤੋ ਵਲੌਗ ਬਣਾਉਣ ਲੱਗਾ ਮੈਂ ਅੱਜ ਐਮਪੀ ਦੇ ਵਿੱਚ ਮੱਧਿਆ ਪ੍ਰਦੇਸ਼ ਡਿਸਟ੍ਰਿਕਟ ਗਵਾਲੀਅਰ ਤੇ ਘੁੰਮੀ ਜਾਣਾ ਵਾ ਵੀਡੀਓ ਬਣਾਈ ਆ ਇੱਕ ਪਹਿਲਾਂ ਤੁਸੀਂ ਵੇਖੀ ਹੀ ਨਹੀਂ ਆ ਥੋੜੀਆਂ ਥੋੜੀਆਂ ਕਲਿੱਪਾਂ ਪਾਉਂਗਾ ਟਰੈਵਲਿੰਗ ਦੀਆਂ ਕਿਉਂਕਿ ਮੈਂ ਰਾਤ ਉੱਦਣ 2 ਵਜੇ ਘਰੋਂ ਨਿਕਲਿਆ ਸੀ ਅਤੇ ਉਹਦੇ ਕਰਕੇ ਫਿਰ ਵਲੌਗ ਬਣਾਇਆ ਪਰ ਇੰਨਾ ਘੈਂਟ ਜਿਹਾ ਨਹੀਂ ਬਣਿਆ ਤਾਂ ਸਾਰਾ ਹੀ ਆ ਪਰ ਉਹਦੀਆਂ ਥੋੜ੍ਹੀਆਂ ਥੋੜ੍ਹੀਆਂ ਕਲਿੱਪਾਂ ਜਿਹੀਆਂ ਮੈਂ ਐਡ ਆਨ ਕਰ ਦਾਂਗਾ ਅਤੇ ਬਾਕੀ ਆਹ ਲਾਗੇ ਬਾਜ਼ਾਰ ਪੈਂਦਾ ਜਿੱਥੇ ਮੈਂ ਆਇਆ ਉਹਨਾਂ ਨੂੰ ਅਤੇ ਸਮਾਨ ਜਿਹਾ ਲੈਣ ਆਏ ਹਾਂ ਬਾਜ਼ਾਰ ਵੇਖੋ ਤੁਸੀਂ ਬਈਆਂ ਦਾ ਵਸਾਣਾ ਕਰਿਓ ਬਈਆਂ ਦਾ ਮਤਲਬ ਹਿੰਦੂ ਲੋਕ ਆ ਨਾ ਜ਼ਿਆਦਾਤਰ ਇੱਥੇ ਉਹਦੇ ਕਰਕੇ ਬੜਾ ਓਲਡ ਜਿਹਾ ਤਰੀਕਾ ਵਾ ਦੁਕਾਨਾਂ ਦਾ ਜੇ ਉਹ ਜਿੱਦਾਂ ਵੀ ਸਿਸਟਮ ਹੈਗਾ ਬਾਕੀ ਇੱਥੇ ਹੀ ਆ ਮੈਂ 10-15 ਦਿਨ ਲੱਗ ਹੀ ਜਾਣੇ ਮੇਰੇ ਅਤੇ 10 ਕੁ ਦਿਨ ਇੱਥੇ ਹੀ ਆ ਅਤੇ ਵਲੋਗ ਇੱਥੇ ਬਣਾਵਾਂਗੇ ਇੱਕ ਮੈਰਿਜ ਹੀ ਆ ਉਹ ਅਟੈਂਡ ਕਰਨੀ ਆ ਬਾਕੀ ਫਿਰਦੇ ਤੁਰਦੇ ਰਹਿਣਾ ਇੱਥੇ ਉਹ ਵਲੋਗ ਬਣਾਉਣਾ ਤੁਹਾਡੇ ਜੋਗਾ ਤਾਂ ਜ਼ਰੂਰ ਲੋਕਾਂ ਨੂੰ ਪਿਆਰ ਕਰਿਓ ਸਪੋਰਟ ਕਰਿਓ ਬਾਕੀ ਲੋਕ ਆਪਣੇ ਇੱਦਾਂ ਦੇ ਹੀ ਹੋਣੇ ਕਰਨੇ ਜੇ ਕਿਉਂਕਿ ਕੰਮ ਆਪਣਾ ਚੱਲ ਪੈਣਾ ਇੱਥੋਂ ਜਾਂਦਿਆਂ ਘਰ ਵੀ ਅਤੇ ਵੈਸੇ ਵੀ ਵਲੋਗਿੰਗ ਚੈਨਲ ਜਿਹੜਾ ਮੈਂ ਬਣਾਇਆ ਸੀ ਲਾਈਫ ਰਿਲੇਟਡ ਅਤੇ ਮੈਂ ਆਇਆ ਹੁਣ ਬਾਜ਼ਾਰ ਅਤੇ ਉਹ ਮੁੰਡਾ ਸਾਡੇ ਨੇ ਲੈਣੀ ਆ ਦਵਾਈ ਉਹਦੀ ਅੱਖ 'ਤੇ ਕੁਝ ਹੋ ਗਿਆ ਤਾਂ ਡਾਕਟਰ ਦੀ ਦੁਕਾਨ 'ਤੇ ਗਿਆ ਔਰ ਡਾਕਟਰ ਦੀ ਮੈਡੀਕਲ ਸਟੋਰ 'ਤੇ ਗਿਆ ਸਾਰੇ ਹਿੰਦੀ ਵਾਲੇ ਆ ਬਾਜ਼ਾਰ ਮੇਨ ਸਿਟੀ ਐਂ ਦਾ ਆਪਣੇ ਪੰਜਾਬ 'ਚ ਕੋਈ ਲੱਭਦਾ ਚੂੜੀਆਂ ਛੜਕ 'ਤੇ ਧਰੀਆਂ ਸੁਨਿਆਰੇ ਭੁੰਜੇ ਬਹਿ ਕੇ ਕੰਮ ਕਰਦੇ ਆ ਆਪਣੇ ਇੱਥੇ ਜਿਵੇਂ ਪੁਰਾਣੇ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਆਉਂਦਾ ਸੁਨਿਆਰੇ ਲੋਕ ਜਿਹੜੇ ਉਹ ਥੱਲੇ ਬਹਿੰਦੇ ਆ ਜ਼ਮੀਨ ਦੇ ਉੱਤੇ ਉਵੇਂ ਇੱਥੇ ਮਾਰਕੀਟ 'ਚ ਦੁਕਾਨਾਂ ਵਾ ਉਹ ਤੁਹਾਨੂੰ ਮੈਂ ਵਿਖਾਊਂਗਾ ਇਹੀ ਆਪਣੇ ਪੰਜਾਬ ਨਾਲੋਂ ਬੜਾ ਫਰਕ ਆ ਅਤੇ ਬਾਕੀ ਵਧੀਆ ਚੀਜ਼ ਆ ਜੋ ਵਧੀਆ ਮੈਨੂੰ ਲੱਗੇਗਾ ਤੁਹਾਨੂੰ ਵੇਖਣ ਨੂੰ ਜਿਹੜੇ ਤਾਂ ਆਪਣੇ ਪੰਜਾਬ ਦੇ ਆ ਜਿਹੜੇ ਬਾਹਰ ਬੂਹਰ ਦੇ ਮਤਲਬ ਵੀਰ ਆ ਆਪਣੇ ਨਾ ਯੂਟਿਊਬ ਫੈਮਿਲੀ 'ਤੇ ਉਹਨਾਂ ਨੂੰ ਤਾਂ ਚਲੋ ਪਤਾ ਹੀ ਆ ਵੀ ਕਿੱਥੇ ਕੀ ਆ ਉਹ ਮੁੰਡਾ ਜਿਹੜਾ ਦਵਾਈ ਲੈ ਕੇ ਤੁਰ ਜਾਂਦਾ ਅੱਖ ਸਜਾਈ ਫਿਰਦਾ ਪਤੰਦਰ ਆਪਣੇ ਆ ਪੰਜਾਬ ਹੈ ਨਹੀਂ ਆ ਡੱਬਿਆਂ ਡੁੱਬਿਆਂ ਵਾਲਾ ਸੌਦਾ ਜੇ ਕਿੱਦਾਂ ਭੁਜੀਆ ਪਾ ਕੇ ਧਰਿਆ ਬਾਬੇ ਇੱਦਾਂ ਦੀਆਂ ਮਾਰਕੀਟਾਂ ਵਾ ਇਹਨਾਂ ਇੱਥੇ ਸ਼ਹਿਰ 'ਚ ਆਹ ਲੋਕ ਆਹ ਮਾਰਕੀਟਾਂ ਇੱਧਰ ਵਾਲਿਆਂ ਦੇ ਹਿਸਾਬ ਨਾਲ ਮਾਰਕੀਟ ਸਹੀ ਜੀ ਆ ਅਤੇ ਆਪਣੇ ਹਿਸਾਬ ਨਾਲ ਔਖਾ ਕੰਮ ਕਿਉਂਕਿ ਆਪਾਂ ਨੂੰ ਇੱਦਾਂ ਦੀ ਆਦਤ ਜੀ ਨਹੀਂ ਹੈਗੀ ਸ਼ਾਮ ਨੂੰ ਟਾਈਮ ਹੋ ਗਿਆ ਵਾ 12:18 ਅਤੇ ਆ ਸ਼ਾਮ ਨੂੰ ਆ ਜਿੰਨੇ ਆ ਖਾਣ ਪੀਣ ਵਾਲੇ ਆਪਣੇ ਬੋਲਦੇ ਰੇਹੜੀਆਂ ਇਹਨਾਂ ਦੇ ਬੋਲਦੇ ਠੇਲੇ ਅਤੇ ਜਿੰਨੇ ਵੀ ਹੈਗੇ ਆ ਸ਼ਾਮ ਨੂੰ ਆ ਭਰੇ ਹੁੰਦੇ ਖਾਣ ਪੀਣ ਵਾਲੇ ਚਟਪਟੀਆਂ ਚੀਜ਼ਾਂ ਨੂੰ ਬਹੁਤ ਮੱਤ ਦਿੰਦੇ ਇੱਧਰ ਵਾਲੇ ਲੋਕ ਗੋਲ ਆ ਜਿਵੇਂ ਗੋਲ ਗੱਪੇ ਹੋ ਗਏ ਸਮੋਸੇ ਕਚੋਰੀਆਂ ਬਹੁਤ ਮੱਤ ਦਿੰਦੇ ਆ ਅਤੇ ਜਿਹੜੇ ਆਪਣੇ ਇੱਥੇ ਪੰਜਾਬੀ ਆ ਉਹ ਵੀ ਇਹਨਾਂ ਵਰਗੇ ਹੀ ਹੋ ਗਏ ਹੁਣ ਕਿਉਂਕਿ ਉਹਨਾਂ ਦਾ ਜੰਮ ਪਲ ਤਾਂ ਇੱਥੋਂ ਦਾ ਹੀ ਆ ਬਾਕੀ ਘੁੰਮੀ ਜਾਂਦੇ ਹਾਂ ਅੱਜ ਨਹੀਂ ਕਿਸੇ 'ਤੇ ਵੀ ਜਾਣਾ ਅੱਜ ਕਿਤੇ ਤਾਂ ਨਹੀਂ ਜਾਣਾ ਵੀ ਕੱਲ੍ਹ ਰਾਤੀ ਮੈਂ ਆਇਆ ਸੀ ਅਤੇ ਥੋੜ੍ਹੀਆਂ ਜਿਹੀਆਂ ਸਿਹਤ ਜੀ ਨਹੀਂ ਸੈੱਟ ਹੈਗੀ ਸਫ਼ਰ ਜਿਹਾ ਕੀਤਾ ਅਤੇ ਇੱਕ ਨੀਂਦ ਜੀ ਵੀ ਨਹੀਂ ਪੂਰੀ ਹੋਈ ਅੱਖਾਂ ਉਹਦੇ ਕਰਕੇ ਨਿੱਗੀਆਂ ਜੀਆਂ ਅਤੇ ਇੱਕ ਆਪਣਾ ਇੱਥੇ ਆ ਕੇ ਖਾਣ ਪੀਣ ਜਿਹਾ ਚੇਂਜ ਹੋ ਜਾਂਦਾ ਵਾ ਅਤੇ ਉਹਦੇ ਕਰਕੇ ਅੱਜ ਦੀ ਦਿਹਾੜੀ ਆਪਾਂ ਆਪਣੀ ਸੈੱਟ ਸੁੱਟ ਜਿਹਾ ਕਰਦੇ ਹਾਂ ਅਤੇ ਕੱਲ੍ਹ ਜਾਣਾ ਆਪਾਂ ਮੇਨ ਸਿਟੀ ਗਵਾਲੀਅਰ ਅਤੇ ਸਮਾਨ ਸਮੂਨ ਜਿਹਾ ਲੈਣਾ ਅਤੇ ਫਿਰ ਤੁਹਾਨੂੰ ਕੱਲ੍ਹ ਮੈਂ ਆਪਣਾ ਕਰੀਬੀ ਚੀਜ਼ ਉਹ ਖਾਊਂਗਾ ਜਿਹਦੇ ਕਰਕੇ ਮੈਂ ਇੱਥੇ ਆਇਆ ਅਤੇ
जो मैं तुहानू दस्या भी मैं इत्थे की करना। एक तो अपनी रिश्तेदारी पुरानी आ, एक अपनी इत्थे रिश्तेदारी नवी आ। जे तुहानू उह चीज़ दस्या भी मैं इत्थे करन की आया वा, तो फिर औखा जिहा होना। तुसीं सारयां ने कहना तैनू लागे छागे को बंदा नहीं टकरिया। बाकी आ की लैण छिटा, तो तू लैण की गया सी? ਉਹ ਵੀ ਜਾਂਦੀ ਆ ਉਹ ਨੀਚੇ। ਠੀਕ, ਹਿੰਦੀ ਵਾਲੇ ਸਾਰੇ ਕੀ ਬੋਲੇ ਹਨ ਜਾ ਕੇ? ਭਈਆ ਬਲੀਚ ਦੇ ਦੋ ਸਾਲਾ, ਔਰ ਚਿੱਟ ਦੇ ਦੋ ਸੂਟ ਪੇ ਚਿਪਕਾਣੇ ਵਾਲੀ। ਅੱਛਾ, ਇਹ ਪੇਪ ਇਹ ਇਹ ਵਾਲੀ ਜਿਹੜੀ ਤੂੰ ਲੈ ਕੇ ਆ ਪਹਿਲਾਂ ਘਰ ਤੇ ਲੱਗਦੀ ਆ? ਹਾਂਜੀ ਘਰ ਤੇ ਲੱਗਦੀ ਆ। ਜਾਂ ਸਕੂਲ ਦੇ ਵਿੱਚ ਬੁੱਕਸ ਦੇ ਉੱਤੇ ਨਹੀਂ ਚੜਾਉਂਦੇ ਰਹੇ ਜਿਲਤਾਂ ਨਹੀਂ? ਅੱਛਾ, ਨੇਮ ਚਿੱਟ, ਨੇਮ ਚਿੱਟ, ਇਹ ਨੇਮ ਚਿੱਟ ਬੋਲਦੇ ਨੇ। ਪੇਪਰ ਪੁੱਟੇ ਚੜਾ ਕੇ ਅਸੀਂ ਵੀ ਬੜੀਆਂ ਚਮਕਾਉਂਦੇ ਰਹੇ ਹਾਂ। ਤਾਂ ਹੀ ਭੈਣ ਸੂਟਾਂ 'ਤੇ ਲਾ ਲਾ ਦੇਣ ਡੇ ਜੀ, ਪੰਗਾ ਹੀ ਆ ਵਿਆਹ ਦਾ ਸਾਲਾ। ਹੈ ਪੰਗਾ ਹੀ ਆ। ਚੱਲੀਏ ਹੁਣ ਜਾ ਕੇ ਚਾਚੇ ਹੋਣਾਂ ਕੋਲ ਡੇਰੇ ਹੋਈਏ। ਅੱਛਾ, ਮਾਸ਼ਾਅੱਲਾ, ਰੋਟੀ ਖਾ ਲਈਏ ਅਤੇ ਫਿਰ ਚੱਲੀਏ। ਚਲੋ, ਤੁਹਾਨੂੰ ਡੇਰਾ ਘੁਮਾ ਕੇ ਲਿਆਉਂਦਾ ਮੈਂ, ਨਹਿਰ 'ਤੇ ਘੁਮਾ ਕੇ ਲਿਆਉਂਦਾ। ਅਤੇ ਨਹਿਰ 'ਤੇ ਇੱਕ ਆਪਣੀ ਹੈਗੀ ਆ ਪੁਰਾਣੀ, ਇੱਕ ਯਾਦ ਵੀ ਹੈਗੀ ਆ, ਉਹ ਵੀ ਦੱਸ ਕੇ ਲਿਆਊਂਗਾ ਨਹਿਰ 'ਤੇ ਖਿਲਾਰ ਕੇ ਵੀ ਕੀ ਆ ਆਪਣੀ ਨਹਿਰ ਦੇ ਚੱਕਰ 'ਚ ਲੱਗ ਜਾ ਕੇ ਦੱਸੂੰਗਾ ਤੁਹਾਨੂੰ ਨਹਿਰ ਦਾ ਕੀ ਹਿਸਾਬ ਆ। ਵੇਖੀ ਪਾਪਾ ਹੈ ਨਹੀਂ ਉਹ ਪੈਸੇ ਦੇਣ ਜੋਗੇ। ਆਹ ਆਪਣਾ ਘਰ ਇੱਥੋਂ ਵਾਲਾ ਅੱਡੇ ਹੀ ਉਹਨਾਂ ਦੀ ਕਾਮ ਵਾਲੀ ਕਾਮ ਕਰਨੇ ਬਈ। ਆਹ ਨਹਿਰ ਆ, ਇਹਦੀ ਹਿਸਟਰੀ ਆ, ਇਹਦੀ ਹਿਸਟਰੀ ਆ। ਇੱਥੇ ਨਹਾਉਣ ਲੱਗ ਪਿਆ ਆਪਾਂ, ਸਾਡੇ ਚਾਚੇ ਦੇ ਘਰ ਲਾਗੇ ਨਹਿਰ ਆ, ਉਹ ਕਹਿੰਦੇ ਨਹਿਰ ਬੜੀ ਡੂੰਘੀ ਆ, ਛਾਲ ਨਾ ਮਾਰਿਓ। ਤਾਂ ਅਸੀਂ ਪੰਜਾਬ ਦੇ ਹਿਸਾਬ ਨਾਲ ਨਹਿਰ 'ਤੇ ਛਾਲ ਮਾਰਤੀ, ਅਤੇ ਮੇਰੇ ਭੱਜ ਗਏ ਥੱਲੇ, ਵੱਜ ਗਏ ਪੈਰ। ਇਹਦੀ ਹਿਸਟਰੀ ਇਹ ਵਾਲੀ ਆ, ਇਹਦੇ 'ਚ 6 ਫੁੱਟ ਪਾਣੀ ਸੀ ਅਤੇ 6'2" ਹਾਈਟ ਸੀ ਮੇਰੀ, ਅਤੇ ਮੇਰੇ ਭੱਜ ਗਏ ਪੈਰ, ਉੱਤੋਂ ਛਾਲ ਮਾਰੀ ਤੇਜ਼। ਉਹ ਤੋਂ ਬਾਅਦ ਆਪਾਂ ਇਹ ਨਹਿਰ 'ਚ ਹੀ ਨਹੀਂ ਵੜੇ। ਇਹਦੀ ਇਹ ਵਾਲੀ ਹਿਸਟਰੀ ਆ, ਹੈਗਾ ਆਪਣਾ ਜਿੱਥੇ ਆਏ ਏਰੀਆ। ਸਾਲੇ ਕਿੱਕਰਾਂ ਦੇ ਰੁੱਖ ਲੱਭਦੇ ਇੱਧਰ ਵੀ, ਅਤੇ ਆਪਣੇ 5-7 ਦਿਨ ਹੈਗੀ ਆ ਆਪਣੇ। 5 ਤਰੀਕ ਤੱਕ ਆਹ ਰਹਿਣੀ ਆ ਆਪਣੇ ਕੋਲ, ਆਹ ਏਰੀਆ ਚੈੱਕ ਕਰੋ ਆਪਣੇ ਕੋਲ 5-7 ਦਿਨ ਇਹ ਰਹਿਣੀ ਹੈਗੀ ਆ, ਅਤੇ ਇੱਦਾਂ ਘੁੰਮਦੇ ਫਿਰਦੇ ਹਾਂ। ਕੱਲ੍ਹ ਜਾਣਾ ਗਵਾਲੀਅਰ। ਇਹ ਆਪਣਾ ਅਸਿਸਟੈਂਟ ਡਰਾਈਵਰ, ਅਸਿਸਟੈਂਟ ਸਾਧਨ ਬਾਬੇ। ਆਪਾਂ ਘੁੰਮੀ ਜਾਂਦੇ ਹਾਂ ਇਹਨਾਂ ਦੇ ਅੱਡੇ 'ਚ, ਅਤੇ ਸ਼ਾਮਾਂ ਦਾ ਟਾਈਮ ਹੋ ਗਿਆ 5:42, ਅਤੇ ਕਰਾਉਣਾ ਕੋਟ ਪੈਂਟ ਪਹਿਲੀ ਜ਼ਰੂਰਤ ਵਿਆਹ ਦੀ, ਅਤੇ ਇਹ ਕਰਾਉਣੇ ਆ ਆਪਾਂ ਪ੍ਰੈੱਸ, ਅਤੇ ਆਪਾਂ ਨੂੰ ਕੋਈ ਪ੍ਰੈੱਸ ਵਾਲਾ ਨਹੀਂ ਮਿਲਣ ਡਿਆ ਅੱਡੇ 'ਚ। ਹਾਂਜੀ ਉਸਤਾਦ ਜੀ, ਉਹ ਅੱਗੇ ਪੁਸ਼ਪਾ ਦੀ ਦੁਕਾਨ ਲੱਗ ਗਈ। ਉਹ ਪੁਸ਼ਪਾ ਲੱਗ ਗਈ? ਹਾਂਜੀ, ਇਹਦਾ ਮੁੰਡਾ ਆਇਆ ਕੱਪ ਜਾਣ ਕੰਪਨੀ ਦੇ, ਬੜੀ ਕਲਰਫੁੱਲ ਜਿਹੀ ਲਾਈਟ ਪਾਈ ਜੀ ਆਈ ਇੰਨਾ ਭਾਅ ਜੀ ਕੰਪਨੀ ਸ਼ੂ ਪੋਲਿਸ਼ ਕਰਾ ਲਓ ਇੱਥੋਂ। ਉਹ ਉੱਥੇ ਉਹਨੂੰ ਪੈਂਟ ਕੋਟ ਦੇ ਕੇ ਪਹਿਲਾਂ ਉਹਨੂੰ ਪੁੱਛ ਲਿਆ ਗਾ, ਭਰਾ ਮੇਰੇ ਮਹਿੰਗੇ ਕੱਪੜੇ ਉਹ ਡੰਡ ਨਾਲ ਲੱਗ ਜਾਈ ਉਹਨਾਂ ਦੀ। ਉਹ ਵਾਲਾ ਜਿਹੜਾ ਸਾਹਮਣੇ ਮਹਾ ਲੱਭਿਆ ਹੀ ਭੈਣ ਜੋ ਤੁਹਾਨੂੰ ਬੰਦਾ ਆਹ ਵਾਲੇ ਅੱਗੇ ਕਿੱਥੇ ਬੋਰਡ ਲੱਗਾ ਨਾ ਇੱਥੇ ਅੰਦਰ ਗਲੀ ਚ ਅੰਦਰ ਗੁਰਦਾਸ ਬੁਟੀਕ ਹੈ ਨਾ, ਪਤਾ ਕਰ ਜਾ ਪੁੱਛ ਗਿਆ ਨਾ ਉਹਨੂੰ ਕਹਿ ਕੱਪੜੇ ਪ੍ਰੈਸ ਕਰ ਦੇ ਭਰਾਵਾ, ਜੇ ਤਾਂ ਚੰਗੇ ਕਰ ਦੇਗਾ ਖਰਾਬ ਨਾ ਕਰੀ। ਮਸਾਂ ਲੱਭਿਆ ਆਪਾਂ ਨੂੰ ਡਾਇਰੈਕਟਲੀ ਨਾਲ ਸ਼ਹਿਰ ਦੇ ਵਿੱਚ, ਨਿੱਕੀਆਂ ਨਿੱਕੀਆਂ ਜਿਹੀਆਂ ਦੁਕਾਨਾਂ ਗੁੜੀ ਜਿਹਾ ਹੋਈਆਂ ਲੱਭਦੀਆਂ ਹੋਣੀਆਂ ਆਪਣੇ ਸ਼ਹਿਰਾਂ 'ਚ, ਪਤਾ ਹੁੰਦਾ ਵਾ ਇੱਥੇ ਕੀ ਲੱਭਣਾ। ਪਹਿਲੀ ਜ਼ਰੂਰਤ ਆਪਣੀ ਇਹ ਕਰਾਉਂਦੇ ਹਾਂ, ਅਤੇ ਅੱਜ ਘੁੰਮੀ ਫਿਰੀ ਜਾਂਦੇ ਹਾਂ ਜਿਹੜੇ ਜਿਹੜੇ
रिलेटिव को जान वाला रिश्तेदार को सब को होए तो कल वेखने कल जो कल गया तो ठीक है नहीं तो फिर परसों। हाँ जी दादा जी 150 रुपया आंदा दोवां दा एक दा कोट पेंट दा ऊपर इन्नी महंगाई बह चलिए रहन दे ग्वालियर तो रहेंगे ग्वालियर तो तुम और महंगी होने डब्बिया आनिया डेढ़ सौ रुपया समाई पेंट कोट प्रेस दी महंगा 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 इतना महंगा एक दिन दी भाषा नहीं समझ आती मैं बोलते तो कहते आप भी हिंदी है पर हिंदी ये होर हिसाब से बोलते हमारी हिंदी है लेबरों वाली जो शुद्ध हिंदी बोलते हैं। साधन चंगी तरह ढक ला नहीं मैं सवेरे फिर धोन डा देना तेन गल दस दा तरन ये अपना असिस्टेंट गड्डी ढक्कन ढक्कन डिया जी ओए आए सियाणी कुड़ी वेख चंगी तरह गंढ मारनी है बहू आ कुड़ी खलारा पा के बैठी एक्साइटमेंट तो पेंट कोट अपने प्रेस नहीं आए तो वो आप कराने कल तो नाल जाना आप कल ग्वालियर अपनी तुम फैमिली खाऊंगा कल